ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਹਿਦੀਆਂ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸ਼ੌਂਕੀ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਅਤੇ ਦੋ ਤੁਹਾਨੂੰ ਮੱਝਾਂ ਦਿਖਾਉਣੀਆਂ, ਇੱਕ ਮੱਝ ਗੱਭਣ ਦਿਖਾਵਾਂਗੇ, ਇੱਕ ਸੂਈ, ਅਤੇ ਗਾਂ ਵੀ ਇੱਕ ਬੱਚੇ ਵਾਲੀ ਅਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਵਧੀਆ ਵਧੀਆ, ਬੜੀ ਕਿਰਪਾ ਹੈ ਬਾਬਾ ਜੀ। ਚਲੋ ਵਧੀਆ ਕਿਰਪਾ ਜੀ, ਇਹਦੀ ਨਾਮ ਦੱਸ ਦਿਓ ਇੱਕ ਵਾਰੀ। ਨਾਂ ਸ਼ੌਂਕੀ ਜੀ। ਹਾਂਜੀ, ਪਿੰਡ ਮਹਿਦੀਆਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਵੀ ਬੋਲ ਦਿਓ। 7528-2972। ਠੀਕ ਹੈ। ਤੇ ਅੱਜ ਮੱਝਾਂ ਵੀ ਲਿਆਂਤੀਆਂ? ਮੱਝਾਂ ਵੀ ਲਿਆਂਤੀਆਂ ਜੀ। ਅੱਗੇ ਤੇ ਮੱਝਾਂ ਪਾਈਆਂ ਨਹੀਂ ਕਦੀ? ਉਹ ਇਹੋ ਵੀਰ ਭਰਾ ਕਹਿੰਦੇ ਮੱਝਾਂ ਵੀ ਪਾਓ, ਮੈਂ ਚਲੋ ਮੱਝਾਂ ਪਾ ਦਿੰਦੇ। ਅੱਛਾ, ਹਾਂਜੀ ਚਲੋ ਫਿਰ ਸ਼ੁਰੂਆਤ, ਫਿਰ ਸੂਈ ਤੋਂ ਕਰ ਲਓ। ਸੂਈ ਤੋਂ ਕਰ ਲੈਂਦੇ ਹਾਂ। 20 ਰੁਪਏ ਜੀ ਤਿਆਰ ਹੋਈ ਜੀ, ਅੱਜ 6-7 ਸਰਵਾਂ ਦੇਣ ਜੀ ਨੂੰ ਸੂਈ ਨੂੰ। ਅੱਛਾ ਹਾਂਜੀ, ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਹਰਪੀ ਜੀ ਬੋਲਾ ਹੀ ਹੋਊਗਾ ਇੱਕੋ, ਕੋਈ 12 ਕਿਲੋ 10 ਕਿਲੋ ਦੀ ਗਾਰੰਟੀ ਹੋਊਗੀ ਪੱਕਾ। 10 ਕਿਲੋ ਹੈਗਾ ਪੱਕਾ ਦੁੱਧ? ਪੱਕਾ ਹਰਪੀ ਜੀ, ਕੋਈ ਭੂਰ ਨਹੀਂ, ਕੋਈ ਛਟਾਣਾ ਹੋਊਗਾ। ਇਹ ਆ ਕਿ ਭਈ ਇੱਥੋਂ ਘਰੋਂ ਕੋਈ ਚੋ ਕੇ ਲੈ ਜੇ, 10 ਕਿਲੋ ਹੋਵੇ ਤਾਂ ਕੋਈ ਲੈ ਜੇ, ਨਹੀਂ ਤਾਂ ਇੱਥੇ ਰਹਿਣ ਦੇ। ਇੱਥੇ ਰਹਿੰਦੇ, ਰਾਤੀ ਮਾਲ ਆਇਆ, ਅੱਜ 2 ਕਿਲੋ ਵਧੂਗਾ, ਘਰ ਦਾ ਨਹੀਂ ਮੇਲਾ ਮੂਲਾ ਮਾਰ ਕੇ ਮੈਂ ਨੇ ਵਧਣਾ ਹੀ ਆ। ਕਿੰਨਾ ਕਰੀ ਜਾਊਗੀ ਦੁੱਧ ਹਰਪੀ ਜੀ? 13-14 ਕਿਲੋ ਕਹਿੰਦੇ ਸੀ ਘਰ ਵਾਲੇ ਕਰਾਉਣੇ। ਤੋਰੋ ਹੈ ਕਰੀ ਨਾ ਫਿਰ। ਆ ਕੱਟਾ ਕੱਟੀ ਜੇ ਮਗਰ, ਕੱਟੀ ਜੇ ਮਗਰ ਹਰਪੀ ਜੀ, ਆ ਕੱਟੀ ਜੇ ਮਗਰ ਇਹਦੇ। ਠੀਕ ਹੈ ਜੀ, ਲੈ ਜਾਓ ਤੋਰ ਦਾ। ਬਾਕੀ ਚਲੋ ਕੱਦ ਕਾਠ ਵੀ ਠੀਕ ਹੈ ਜਿਹੜਾ, ਬਾਕੀ ਥੱਲਿਆਂ ਵਿੱਚ ਜਿੰਨੇ ਵੀ ਆ ਸਫਾਈ ਜਿਹਾ। ਅਤੇ ਮੁੱਲ ਫਿਰ ਵਧੀਆ ਤਾਂ ਕਿੰਨਾ ਕੁ ਰੱਖਣਾ ਆਪਾਂ? ਹਾਂਜੀ ਮੁੱਲ ਤਾਂ ਚਲੋ ਮੈਂ 75 ਵੀ ਕਰਾਉਂਦੀ, 80 ਵੀ ਕਰਾਉਂਦੀ। ਅੱਛਾ, ਆਪਾਂ ਮੁੱਲ ਆਰ ਪੀ ਜੀ 70,000 ਕਰਦੇ। ਅੱਛਾ, ਬਾਕੀ ਮਾਨ ਕਰਾਂਗੇ ਜਿੰਨਾ ਹੋਇਆ। ਖੁੱਲ੍ਹਾ ਕਰ ਦੋਗੇ ਮਾਨ ਤਾਂ ਕੇ? ਕਿੰਨਾ ਕਰ ਦੋ, ਕਿੰਨਾ ਕਰ ਦੀਏ? ਕਿੰਨਾ ਕਰ ਦੀਏ? 2,000 ਕਰ ਦੀਏ। 1,000 ਹੋਰ ਕਰ ਦੀਏ? ਕਰ ਦਾਂਗੇ। 67,000 ਦੀ ਦੇ ਦੋਗੇ? ਚਲੋ ਬਾਕੀ ਵੀਰ ਫੋਨ ਲਾਵੇ, ਮੈਂ ਦੇ ਦਾਂਗਾ, ਮੋੜਦੇ ਨਹੀਂ ਕਿਸੇ ਨੂੰ, ਖਾਲੀ ਨਹੀਂ ਮੋੜਨਾ ਕਿ ਮਾਨ ਤਾਂ ਖੁੱਲਾ ਕਰ ਦੇਣਾ ਵਾ। ਹਰਪੀ ਜੀ ਚਵਾ ਮੈਂ ਇਹਨੂੰ ਬੜਾ ਲੱਗਾ ਜੇ। ਠੀਕ ਆ, ਭੂਰ ਨਹੀਂ ਕੋਈ ਛੱਡਣੀ ਆ, ਮੋਗੇ ਵਾਂਗੂ ਮੈਂ ਆਉਂਦੀ ਜੀ। ਠੀਕ ਆ, ਬਾਕੀ ਜਿੰਨੀ ਮੈਂ ਹੈਗੀ ਸਾਫ, ਮਗਰ ਵੀ ਕੱਟੀ ਆ ਮੈਂ ਨੀਲੀ ਦੀ ਆ। ਠੀਕ ਆ ਜੀ, ਹਾਂਜੀ ਪਿਓਰ ਨੀਲੀ ਦੀ ਆ। ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਝੋਟੀ ਆ, ਇਹ ਵੀ ਤੁਹਾਨੂੰ ਦਿਖਾ ਦਈਏ, ਪਛਾਣ ਜਿਹੜਾ ਜ਼ਿਆਦਾ ਤਿਆਰ ਹੁੰਦੀ ਆ ਜੀ। ਇਹ ਭਲਾ ਭੁਲਾ ਮੈਂ ਇਹਨੂੰ ਪਈ ਆ, ਅਜੇ ਦਿਨ ਕੁਛ ਲੈ ਜਾਣੇ, ਸੂਨ ਤੱਕਰ ਚੰਗੀ ਭਰੂਗੀ ਨਾ ਇਹ ਵੀ। ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਹਰਪੀ ਜੀ ਘਰ ਵਾਲੇ ਦੇ ਆਂਦੇ ਸੀ 16 ਕਿਲੋ ਚੋਇਆ, ਬਾਕੀ ਹੁਣ ਪਤਾ ਨਹੀਂ ਕੀ ਕਰਦੀ, ਜਾਨ ਗੱਬਣ ਆ ਹਰਪੀ ਜੀ। ਅੱਛਾ, ਹਾਂਜੀ ਬਾਕੀ ਚਵਾਊਗੀ 12-13 ਕਿਲੋ ਦੁੱਧ, ਇਹਨੂੰ ਕੀ ਆਂਦਾ ਵੇਖੋ, ਬੈਗ ਬੂ ਕਿੰਨੀ ਆ ਮੈਂ ਜੀ। ਤੋਰੋ ਹਾਂ ਫਿਰ ਇੱਕ ਵਾਰੀ, ਬਾਕੀ ਜੋ ਵੀ ਤੁਹਾਡੇ ਸਾਹਮਣੇ ਆ, ਆਪਣੀ ਸਮਝਣਾ, ਆਪਣੇ ਅੰਦਾਜ਼ੇ ਨਾਲ ਕੋਈ ਵੀਰ ਵੇਖ ਲੈ। ਬਾਕੀ ਇੱਥੇ ਆ ਕੇ ਪ੍ਰੋਪਰ ਵੇਖ ਕੇ ਖੜਿਆ ਕਰੋ, ਪ੍ਰੋਪਰ ਕੱਦ ਕਾਠ ਦਾ ਪਤਾ ਲੱਗ ਜਾਂਦਾ ਹੁੰਦੇ ਨਾ। ਅਤੇ ਬਾਕੀ ਇਹ ਆ ਵੀ ਥੱਲੇ ਸੂਨ ਤੱਕ ਪੂਰੀ ਭਰਨੀ ਆ ਹਲੇ, ਅਜੇ ਢਿੱਲਾਂ ਢੁੱਲਾਂ ਹਵਾਨੇ 'ਚ ਹੈਗੀਆਂ ਵਾ, ਜਿੱਦਣ ਤਿਆਰ ਹੋਈ ਅਤੇ ਉੱਦਣ ਪੂਰੀ। ਹਾਂਜੀ ਹਾਂਜੀ, ਅਤੇ ਥਾਣੇ 'ਤੇ ਤੁਹਾਨੂੰ ਦਿਖਾ ਦਈਏ ਇੱਕ ਵਾਰੀ। ਹਾਂ ਦੇਖ ਸਕਦੇ ਥਾਣੇ ਵੀ ਇਹਦੇ ਲਾਗੇ ਤਾਂ।
ਠੀਕ ਹੈ। ਤੇ ਉਤਰਾ ਵੀ ਠੰਡੀ ਧੀਰੀ ਆ, ਕੋਈ ਡਰਦੀ ਨੀ, ਕੋਈ ਕੁਝ ਨੀ। ਤੇ ਇਹਦਾ ਮੁੱਲ ਫਿਰ ਵੀਰ ਜੀ? ਚਲੋ ਬਾਕੀ ਕੋਈ ਫੋਨ ਲਾਵੇ, ਕੋਈ ਨੀ ਵੀਰ, ਕੋਈ ਫੋਨ ਲਾਵੇ ਦੇ ਦਾਂਗੇ, ਖਾਲੀ ਨੀ ਮੋੜਨਾਗੇ ਕਿਸੇ ਨੂੰ। ਤੇ ਹੁਣ ਜਿਹੜੀ ਆ ਸੋਹਣੀ ਹਰ ਪੀ ਪੂਰੀ ਫੁੱਲ ਤਿਆਰ ਹੋ ਗਿਆ, ਵੇਖੋ ਜੇ ਟਨਾ ਟੋਨਾ ਬੜੀਆਂ। ਤੇ ਆ ਜਿਹੜੀ ਗਾਂ ਜੀ ਹੁਣ ਚੰਗਾ ਵਾ। 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਵਾ, ਉਹ ਤੁਸੀਂ ਆਪਣਾ ਆਪ ਚਵਾਈ ਕਰਕੇ ਖੜਨਾ। ਜੇ ਕੋਈ ਵੀਰ ਨਹੀਂ ਵੀ ਆ ਸਕਦਾ ਵੀਡੀਓ ਕਾਲ 'ਤੇ ਚਵਾਈ ਕਰਾ ਲਏ, ਪਰ ਉਹ ਜ਼ਿੰਮੇਵਾਰੀ ਤੁਹਾਡੀ ਹੈ। ਆਹ ਬੱਚਾ ਜਿਹਦਾ ਅਤੇ ਇਹਦਾ ਫਿਰ ਮੁੱਲ ਵੀਰ ਜੀ? ਤੇ ਆਹ ਬੱਚੇ ਦਾ ਬਿਨਾ ਹੀ, ਇਹਦੇ ਕੋ ਦੁੱਧ ਕਿੰਨਾ? ਤੋਰੋ ਫਿਰ ਇਹਨਾਂ ਨੂੰ। ਤੇ ਇਹਦਾ ਫਿਰ ਮੁੱਲ ਵੀਰ ਜੀ? ਮੁੱਲ ਤੇ ਹਰ ਪੀ ਜੀ ਭਾਵੇਂ ਜਿੰਨਾ ਮਰਜ਼ੀ ਕਰੀਏ, 17 ਕਰੀਏ, 18 ਕਰੀਏ, 15,000 ਦੀ ਦੇ ਦਾ, 15,000 ਦੀ 2,000 ਮਾਣ ਕਰ ਦਿੰਦਾ, 13,000 ਦੀ ਦੇ ਦਾ। ਚਲੋ ਛੋੜ ਮੌਕੇ ਤੇ ਹੋਰ ਕਰ ਦੋਗੇ, ਇੱਕ ਫੋਨ ਲਾ ਵੇ। ਵੇਖੋ ਅਸੀਂ ਇਹ ਕੋਈ ਮਿਲਦੀ ਨਹੀਂ ਬਾਜ਼ਾਰ 'ਚ, 35,000 ਦੀ। ਠੀਕ ਹੈ, ਹੁਣ ਵੇਖੋ ਹਾਂਜੀ, ਉਹਨਾਂ ਸਾਹਮਣੀ ਪੈਣੀ ਜੇ ਤੂੜੀ ਖਾਂਦੀ ਆਈ ਵੈੜ। ਆਹ ਇਹ ਵੀ ਸਰੀਰਾਂ ਥੋੜੀ ਘਕਾਰੀ ਜਾਣਾ, ਬਾਕੀ ਸਾਹਮਣੀ ਪੈਣੀ ਵਸ਼ੀ ਵਸ਼ੀ, ਵੇਖੋ ਕੱਦ ਕੱਟ ਕਿੱਡਾ ਵੱਡਾ ਜੀ ਵੈੜ ਦਾ। ਬਾਕੀ ਜੋ ਵੀ ਆ ਸਾਰਾ ਕੁਝ ਕੋਈ ਵੀਰ ਇੱਥੇ ਹੀ ਵੇਖ ਚੱਕ ਕੇ ਤਸੱਲੀ ਕਰਕੇ ਖੜਿਆ ਨਾ, ਜਿੱਦਾਂ ਮਰਜ਼ੀ। ਠੀਕ ਹੈ ਜੀ, ਬਾਕੀ ਕੋਈ ਵੀਰ ਆਪਣੀ ਸਮਝਣਾ, ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।